ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। 2022 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੁਆਬੇ ਵਿੱਚ ਅਕਾਲੀ ਦਲ ਨੂੰ ਇਕਲੌਤੀ ਸੀਟ ਜਿਤਾਉਣ ਵਾਲੇ ਹਲਕਾ ਮੰਗਾ ਤੋਂ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਉਹਨਾਂ ਨੂੰ ਜਿਤਾਉਣ ਵਾਲੇ ਹਲਕਾ ਨਿਵਾਸੀਆਂ ਦਾ ਪਿੰਡ ਪਿੰਡ ਅਤੇ ਸ਼ਹਿਰਾਂ ਕਸਬਿਆਂ ਵਿੱਚ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ। ਉੱਥੇ ਹਲਕਾ ਮੰਗਾ ਦੇ ਪਿੰਡ ਕੱਟਾਂ ਵਿਖੇ ਉਹਨਾਂ ਵੱਲੋਂ ਧੰਨਵਾਦ ਰੈਲੀ ਕੀਤੀ ਗਈ, ਜਿਸ ਦੌਰਾਨ ਪਿੰਡ ਵਾਸੀਆਂ ਵੱਲੋਂ ਡਾਕਟਰ ਸੁੱਖੀ ਦਾ ਫੁੱਲਾਂ ਦਾ ਹਾਰ ਮਲਾਵਾਂ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾਕਟਰ ਸੁੱਖੀ ਨੇ ਜਿੱਥੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਵੱਲੋਂ ਹਲਕੇ ਦਾ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਜਾਰੀ ਰੱਖਣਗੇ। ਬੰਗਾ ਤੋਂ ਜੋਗਿੰਦਰ ਸਿੰਘ ਜੰਡਿਆਲੀ ਦੀ ਰਿਪੋਰਟ। ਪਿੰਡ ਕੱਟਾਂ ਦੇ ਵਿੱਚ ਜਿਹੜਾ ਧੰਨਵਾਦੀ ਦੁਆਰਾ ਸੀ ਉਹਦੇ ਵਿੱਚ ਸਮੂਹ ਪਿੰਡ ਦੇ ਵਾਸੀ ਸਾਰੇ ਹੀ ਸਤਿਕਾਰਯੋਗ ਸਾਡੇ ਬਜ਼ੁਰਗ, ਸਾਡੀਆਂ ਬੀਬੀਆਂ ਭੈਣਾਂ ਔਰ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਮੁੱਚੀ ਟੀਮ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਔਰ ਮੈਂ ਦੇਖਦਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ, ਜਿਸ ਤਰ੍ਹਾਂ ਦੀ ਖੁਸ਼ੀ ਇਹਨਾਂ ਦੇ ਮਨਾਂ 'ਚ ਆ, ਉਹ ਇਹ ਮਹਿਸੂਸ ਕਰਦੇ ਆ। ਬੇਸ਼ੱਕ ਪੰਜਾਬ ਲੈਵਲ 'ਤੇ ਅਸੀਂ ਅਕਾਲੀ ਦਲ ਬਸਪਾ ਗੱਠਜੋੜ ਜਿੱਤ ਨਹੀਂ ਸਕਿਆ, ਪਰ ਬੰਗਾ ਹਲਕੇ ਦੇ ਵਿੱਚ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਇਸ ਗੱਲ 'ਤੇ ਵੀ ਆਸਬੰਦ ਹੈ ਕਿ ਜੇਕਰ ਇਸ ਵਾਰ ਲੋਕਾਂ ਨੇ ਜਿਹੜਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਦਿੱਤਾ, ਉਹ ਪਾਰਲੀਮੈਂਟ ਦੇ ਵਿੱਚ ਹਰ ਹਾਲ ਦੇ ਵਿੱਚ ਸਖਤ ਮਿਹਨਤ ਕਰਕੇ ਘਰ ਘਰ ਜਾ ਕੇ ਇਕੱਲੇ ਇਕੱਲੇ ਨੂੰ ਮਨਾ ਕੇ ਅਗਲੀ ਵਾਰ ਜਿਹੜੀ ਆ ਉਹ ਬਸਪਾ ਅਕਾਲੀ ਦਲ ਦੇ ਜਿਹੜੇ ਉਮੀਦਵਾਰ MP ਦੀ ਇਲੈਕਸ਼ਨ ਲੜਨਗੇ ਉਹਨਾਂ ਨੂੰ ਜਿਤਾ ਕੇ ਭੇਜੇਗੀ ਔਰ ਅੱਜ ਦਾ ਇਹਨਾਂ ਦਾ ਉਤਸ਼ਾਹ ਇਸੇ ਗੱਲ ਨੂੰ ਸਾਨੂੰ ਵੀ ਪ੍ਰੇਰਿਤ ਕਰਦਾ ਕਿ ਅਸੀਂ ਹੁਣ ਇਕੱਠੇ ਹੋ ਕੇ ਲੜੀਏ ਤਾਂ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਵੱਡੀ ਗਿਣਤੀ ਜਿੱਤ ਸਕੀਏ ਔਰ ਅਗਲੀ ਆਉਣ ਵਾਲੀ ਸਰਕਾਰ ਦਾ ਆਪਾਂ ਨੀਂਹ ਪੱਤਰ ਰੱਖ ਸਕੀਏ ਮੁੱਢ।